ಈ ಕೊನ್ನ ಬಂದಗಿ ಬಂದಗಿ ಕೊನ್ನ ಬಂದಗಿ ಕೊನ್ನ ಬಂದಗಿ ಜಪ ಮನ ಸತನಾಮ ಸದಾ ಸತನಾಮ ಹಲತ ಪಲತ ಮುಖ ಉಜ್ಜಲ ಹೋಯಿ ಹೈ ನಿತ್ ಧ್ಯಾಯ ಹರ ಪುರುಖ ನಿರಂಜನ ಹಲತ ಪಲತ ಮುಖ ಉಜ್ಜಲ ಹೋಯಿ ಹೈ ನಿತ್ ಧ್ಯಾಯ ಹರ ಪುರುಖ ನಿರಂಜನ ಜಿಹ ಹರ ಸಿಮರನ ಭಯಾ ਤਹ ਉਪਾਧ ਗਤ ਕਿਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਉ ਜਲ ਤਰਨਾ ਪੌੜੀ ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ ਮਧੁਰ ਬਚਨ ਆਲਾਉ ਹੋਮੈ ਤਿਆਗ ਹੈ ਸਤਿਗੁਰ ਮਤ ਪਰਥਾਉ ਸਦਾ ਅਨੁਰਾਗ ਹੈ ਪਿਰਮ ਪਿਆਲੇ ਸਾਉ ਮਸਤਕ ਭਾਗ ਹੈ ਬ੍ਰਹਮ ਜੋਤ ਬ੍ਰਹਮਾਓ ਗਿਆਨ ਚਰਾਗ ਹੈ ਅੰਤਰ ਗੁਰਮਤ ਚਾਉ ਅਲਿਪਤ ਅਦਾਗ ਹੈ ਵੀ ਇੱਕੀ ਚੜਾਉ ਸਦਾ ਸੁਹਾਗ ਹੈ ਵੀ ਇੱਕੀ ਚੜਾਉ ਸਦਾ ਸੁਹਾਗ ਹੈ ਪਰਮ ਸਨਮਾਨ ਯੋਗ ਜ਼ਾਹਿਰ ਜ਼ਹੂਰ ਹਾਦਰ ਹਦੂਰ ਸਰਬ ਕਲਾ ਭਰਪੂਰ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸੁਭਾਏ ਮਨ ਹੋਏ ਬੈਠੇ ਸਤਸੰਗੀ ਜਨੋ ਫਤਿਹ ਰਾਹੀਂ ਗੁਰਦੇਵ ਜੀ ਦੀਆਂ ਆਸ਼ੀਸ਼ਾਂ ਲਓ ਦਾਸ ਨੂੰ ਗੁਰਮਤਿ ਵਿਚਾਰ ਕਹਿਣ ਦਾ ਬਲ ਬਖਸ਼ੋ ਅਤੇ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿ ਸਨਮਾਨਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਗੁਰਮਤਿ ਨਾਲ ਜੀਵਨ ਭਰਿਆ ਹੋਇਆ ਜਾਗਦੇ ਜੀਵਨ ਜਾਗਰਤ ਜੀਵਨ ਉੱਤਮ ਜੀਵਨ ਜੀਵਨ ਜਾਚ ਦੇ ਪ੍ਰੇਰਣਾਦਾਇਕ ਪ੍ਰਤੀਕਾਤਮਕ ਸ਼ਖਸੀਅਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਬੋਲ ਆਪ ਜੀ ਨੇ ਹੁਣੇ ਹੁਣੇ ਸੁਣੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਜ ਦੇ ਇਹਨਾਂ ਬੋਲਾਂ ਵਿੱਚ ਗੁਰਮੁਖ ਦਾ ਸੁਭਾਅ ਬਖਸ਼ੇ। ਦੋ ਪੌੜੀਆਂ ਇਕੱਠੀਆਂ ਨੇ, ਪਹਿਲੀ ਪੌੜੀ ਦਾਸ ਨੇ ਪੜ੍ਹੀ ਹੈ, ਦੂਜੀ ਨਹੀਂ। ਪਹਿਲੀ ਪੌੜੀ ਵਿੱਚ ਜੋ ਪੜ੍ਹੀ ਹੈ ਇਸ ਵਿੱਚ ਗੁਰਮੁਖ ਦੱਸਿਆ ਕਿਸ ਤਰ੍ਹਾਂ ਦਾ ਜੀਵਨ ਹੈ ਗੁਰਮੁਖ ਦਾ ਅਤੇ ਕਿਸ ਤਰ੍ਹਾਂ ਉਹ ਗੁਰਮੁਖ ਹੌਲੀ ਹੌਲੀ ਗੁਰੂ ਹੋ ਜਾਂਦਾ ਹੈ। ਜਿਵੇਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਸ਼ਬਦ ਗੁਰੂ ਸੁਰਤ ਧੁਨ ਚੇਲਾ ਨਾਲ ਜੁੜ ਕੇ ਪੂਰਨ ਗੁਰਦੇਵ ਪਰਮੇਸ਼ਰ ਦਾ ਰੂਪ ਸਰੂਪ ਨਿਰੰਕਾਰ ਰੂਪ ਸਨ ਅਤੇ ਉਹਨਾਂ ਦਾ ਹੀ ਰੂਪ ਸਰੂਪ ਅੱਗੇ ਗੁਰੂ ਅੰਗਦ ਸਾਹਿਬ ਨੇ, ਗੁਰੂ ਅੰਗਦ ਸਾਹਿਬ ਦਾ ਜੋ ਜੀਵਨ ਹੋ ਸਕਦਾ, ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਹੋ ਸਕਦਾ, ਜੋ ਦੂਜੇ ਗੁਰੂ ਸਾਹਿਬਾਨਾਂ ਦਾ ਬਾਕੀ ਗੁਰੂ ਸਾਹਿਬਾਨਾਂ ਦਾ ਜੀਵਨ ਹੋ ਸਕਦਾ, ਉਸ ਜੀਵਨ ਦੀਆਂ ਝਲਕਾਂ ਇਹਨਾਂ ਪੌੜੀਆਂ ਵਿੱਚ ਨੇ। ਭਾਈ ਸਾਹਿਬ ਸ਼ੁਰੂ ਇੱਥੋਂ ਕਰਦੇ ਨੇ, ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਐਸੇ ਗੁਰਮੁਖ ਦਾ ਜੀਵਨ ਸਾਧ ਸੰਗਤ ਦਾ ਜੀਵਨ ਆ, ਐਸੇ ਗੁਰਮੁਖ ਕੋਲ ਉਹ ਜ਼ਿੰਦਗੀ ਹੈ ਜੋ ਸਾਧ ਸੰਗਤ ਵਿੱਚ ਜੀ ਜਾਂਦੀ ਹੈ। ਭਾਵ ਉਹ ਹਰ ਰੋਜ਼ ਸੰਗਤ ਕਰਨ ਦਾ ਸੁਭਾਅ ਬਣਾ ਕੇ ਰੱਖਦੇ ਨੇ, ਸਾਧ ਸੰਗਤ, ਫਿਰ ਸਾਧ ਸੰਗਤ ਵਿੱਚ ਜਾ ਕੇ ਭਉ ਰੱਖਦੇ ਨੇ ਪਰਮੇਸ਼ਰ ਦਾ, ਉਹਦਾ ਡਰ ਰੱਖਦੇ ਨੇ। ਇਹ ਪਰਮੇਸ਼ਰ ਦਾ ਡਰ ਕਿ ਅਸੀਂ ਸੰਗਤ ਵਿੱਚ ਬੈਠੇ ਬਿਲਕੁਲ ਸ਼ਾਂਤ ਬੈਠਦੇ ਹਾਂ, ਇਹ ਨਿਰਮਲ ਭਉ ਪਾਇਆ ਹੈ,
ਬੜਾ ਪਵਿੱਤਰ ਡਰ ਆ। ਡਰ ਦੋ ਕਿਸਮ ਦਾ, ਇੱਕ ਨਿੰਦਤ ਡਰ ਜੋ ਮਨੁੱਖ ਬੇਵਜ੍ਹਾ ਹੀ ਸੰਸਾਰੀ ਪਾਖੰਡ ਤੋਂ ਡਰਦਾ ਰਹੇ, ਜੋ ਮਨੁੱਖ ਭਰਮ ਭੁਲੇਖੇ ਵਿੱਚ ਪੈ ਕੇ ਡਰਦਾ ਰਹੇ, ਇਹ ਗੁਰਮਤ ਵਿੱਚ ਨਿੰਦਤ ਡਰ ਆ, ਐਸਾ ਭਉ ਆ। ਅਤੇ ਦੂਜਾ ਨਿਰਮਲ ਭਉ ਆ, ਪਵਿੱਤਰ ਡਰ, ਉਹ ਹੈ ਗੁਰਦੇਵ ਜੀ ਦਾ ਡਰ, ਪਰਮੇਸ਼ਰ ਦਾ ਡਰ, ਸਾਧ ਸੰਗਤ ਦਾ ਡਰ, ਜਿੱਥੇ ਬੈਠ ਕੇ ਮਨੁੱਖ ਸ਼ਾਂਤੀ ਦੇ ਨਾਲ ਪਰਮੇਸ਼ਰ ਨੂੰ ਚੇਤੇ ਕਰਦਾ। ਸਾਧ ਸੰਗਤ ਭਉ, ਅਤੇ ਭਉ ਦਾ ਅਰਥ ਹੁੰਦਾ ਹੈ ਪ੍ਰੇਮ, ਪ੍ਰੇਮ ਨਾਲ ਭਰਿਆ ਹੋਇਆ ਡਰ। ਜਿਸ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਦੇ ਨਾਲ ਬੜਾ ਪਿਆਰ ਕਰਦੀ ਹੈ ਪਰ ਡਰ ਵੀ ਰੱਖਦੀ ਹੈ, ਜਿਸ ਤਰ੍ਹਾਂ ਇੱਕ ਬੱਚਾ ਆਪਣੇ ਪਿਤਾ ਦਾ ਡਰ ਰੱਖਦਾ ਹੈ ਪਰ ਖਿੱਚ ਬਹੁਤ ਰੱਖਦਾ ਹੈ, ਬਿਲਕੁਲ ਇਸੇ ਤਰ੍ਹਾਂ ਅਸੀਂ ਆਪਣੇ ਪਰਮੇਸ਼ਰ ਪਿਤਾ ਅਤੇ ਗੁਰੂ ਪਿਤਾ ਤੋਂ ਡਰ ਕੇ ਰਹਿੰਦੇ ਹਾਂ ਪਰ ਉਹਦੇ ਨਾਲ ਖਿੱਚ ਪੂਰੀ ਰੱਖਦੇ ਹਾਂ। ਸਾਧ ਸੰਗਤ ਭਉ, ਸਾਧ ਸੰਗਤ ਵਿੱਚ ਜਾਣਾ, ਨਿਰਮਲ ਭਉ ਰੱਖਣਾ, ਭਉ ਪਿਆਰ ਦਾ ਭਉ ਰੱਖਣਾ, ਸਹਿਜ ਆਤਮਕ ਅਡੋਲਤਾ, ਅੰਤਰ ਗਿਆਨ, ਅੰਦਰੋਂ ਟਿਕ ਜਾਣਾ, ਬੈਰਾਗ ਹੈ ਅਤੇ ਅੰਦਰੋਂ ਪਰਮੇਸ਼ਰ ਨੂੰ ਮਿਲਣ ਦੀ ਹਰ ਵੇਲੇ ਤੜਪ ਬਣੀ ਰਹਿਣੀ, ਇਹ ਗੁਰਮੁਖ ਦੇ ਲੱਛਣ ਨੇ, ਗੁਰਮੁਖ ਦੇ ਲੱਛਣ ਨੇ। ਗੁਰਮਤ ਵਿੱਚ ਗੁਰਮੁਖ, ਸਨਮੁਖ, ਮਨਮੁਖ ਅਤੇ ਬੇਮੁਖ, ਇਹ ਸ਼ਬਦ ਆਉਂਦੇ ਨੇ ਗੁਰਬਾਣੀ ਵਿੱਚ। ਗੁਰਮੁਖ ਗੁਰੂ ਦੇ ਮੁੱਖ ਤੋਂ ਨਿਕਲੇ ਹੋਏ ਬਚਨਾਂ ਨੂੰ ਮੰਨਣ ਵਾਲਾ, ਸਨਮੁਖ ਹਰ ਵੇਲੇ ਗੁਰੂ ਨੂੰ ਆਪਣੇ ਸਾਹਮਣੇ ਮੰਨ ਕੇ ਬੜੇ ਪਿਆਰ ਨਾਲ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣ ਵਾਲਾ, ਮਨਮੁੱਖ ਜੋ ਸੰਗਤ ਵਿੱਚ ਤਾਂ ਬੈਠਾ ਹੈ ਪਰ ਮਨ ਦੀ ਕਰਦਾ ਹੈ ਉਹਨੂੰ ਮਨਮੁੱਖ ਕਹਿੰਦੇ ਨੇ, ਬੇਮੁੱਖ ਜੋ ਗੁਰੂ ਤੋਂ ਮੁੱਖ ਮੋੜ ਕੇ ਚਲਾ ਗਿਆ ਹੈ ਉਹਨੂੰ ਬੇਮੁੱਖ ਕਹਿੰਦੇ ਨੇ। ਇਹ ਦੋ ਪੱਖ ਨੇ, ਇੱਕ ਹੈ ਗੁਰਮੁਖ ਅਤੇ ਸਨਮੁੱਖ ਦਾ, ਦੂਜਾ ਹੈ ਮਨਮੁੱਖ ਅਤੇ ਬੇਮੁੱਖ ਦਾ। ਇੱਥੇ ਗੁਰਮੁਖ ਬਾਰੇ ਦੱਸਿਆ ਗਿਆ ਕਿ ਗੁਰਮੁਖ ਕੈਸਾ ਹੈ, ਸਾਧ ਸੰਗਤ ਭਉ, ਭਉ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਕਹਿੰਦੇ ਗੁਰਮੁਖ ਦੀ ਪਛਾਣ ਕਰਨੀ ਹੋਵੇ, ਉਹਦਾ ਲੱਛਣ ਵੇਖਣਾ ਹੋਵੇ ਕਿ ਇਹਦੇ ਵਿੱਚ ਗੁਰਮਤ ਦੇ ਕਿਹੜੇ ਲੱਛਣ ਨੇ, ਇਹ ਗੁਰਮੁਖ ਕਿਵੇਂ ਹੈ, ਅਤੇ ਗੁਰਮੁਖ ਦਾ ਸਭ ਤੋਂ ਪਹਿਲਾ ਲੱਛਣ ਇਹ ਦਿਖੇਗਾ ਕਿ ਜਿੱਥੇ ਉਹਦੇ ਕੋਲ ਅੰਤਰ ਗਿਆਨ ਆ, ਸਹਿਜ ਆ, ਸਹਿਜ ਸੁਭਾਅ ਏ, ਸੁਭਾਅ ਦਾ ਅਰਥ ਹੁੰਦਾ ਆਦਤ, ਉਹਦੀ ਆਦਤ, ਉਹਦੀ ਹੋਬੀ ਸਹਿਜ ਵਾਲੀ ਹੈ, ਅੰਤਰ ਗਿਆਨ ਦੀ ਹੈ, ਸੁਰਤ ਸੋ ਜਾਗ ਹੈ ਅਤੇ ਉਹ ਸੁਰਤ ਕਰਕੇ ਜਾਗਿਆ ਹੋਇਆ। ਜਾਗਣ ਦੇ ਪੱਖ 'ਤੇ ਸਮੁੱਚੇ ਧਰਮਾਂ ਨੇ ਜ਼ਿਕਰ ਕੀਤਾ। ਮਨੁੱਖ ਤੁਰਦਾ ਫਿਰਦਾ ਏ ਪਰ ਹਰ ਧਰਮ ਕਹਿੰਦਾ ਕਿ ਸੋਤਾ ਹੈ, ਅਤੇ ਗੁਰਮਤ ਵੀ ਕਹਿੰਦੀ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ। ਇੱਥੇ ਉਹਨਾਂ ਨੂੰ ਸੁੱਤੇ ਨਹੀਂ ਮੰਨਿਆ ਜਾਂਦਾ ਜੋ ਰਾਤ ਨੂੰ ਸੌਂ ਜਾਂਦੇ ਨੇ ਅਤੇ ਦਿਨੇ ਉੱਠ ਕੇ ਕੰਮ 'ਤੇ ਲੱਗ ਜਾਂਦੇ ਨੇ, ਇੱਥੇ ਉਹਨਾਂ ਨੂੰ ਸੁੱਤਿਆ ਮੰਨਿਆ ਜਾਂਦਾ ਹੈ ਜੋ ਹਰ ਵੇਲੇ ਸੰਸਾਰ ਦੀ ਮਾਇਕ ਪਦਾਰਥਾਂ ਦੇ ਵਿੱਚ ਉਲਝ ਕੇ ਸੁੱਤੇ ਹੋਏ ਨੇ ਅਤੇ ਉਸ ਨਾਮ ਪਦਾਰਥ ਜਾਂ ਪਰਮੇਸ਼ਰ ਪਦਾਰਥ ਵਾਸਤੇ ਜਾਗਣ ਦਾ ਯਤਨ ਨਹੀਂ ਕਰ ਰਹੇ, ਜਾਗਰਤ ਨਹੀਂ ਹੈ, ਉਹ ਸੁੱਤੇ ਹੀ ਨੇ, ਉਹ ਤੁਰੇ ਵੀ ਫਿਰਦੇ ਨੇ ਪਰ ਸੁੱਤੇ ਨੇ, ਕੰਮ ਧੰਦੇ ਵੀ ਕਰਦੇ ਨੇ ਪਰ ਸੁੱਤੇ ਨੇ। ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ ਕਹਾਂ ਗਾਫਲ ਸੋਇਆ। ਗੁਰਮਤ ਨੇ ਜਾਗਰਤ ਅਤੇ ਸੁਰਤ ਤੋਂ ਜਾਗਰਤ ਦਾ ਜ਼ਿਕਰ ਕੀਤਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਗਾਨੀ, ਚੇਤਨਤਾ ਹੋਵੇ। ਜਾਗੇ ਹੋਏ ਨੂੰ ਚੇਤਨਤਾ ਵਿੱਚ ਕਹਿੰਦੇ ਨੇ, ਪਰ ਜੇ ਚੇਤਨਾ ਹੈ ਤਾਂ ਉਹਨੂੰ ਚੇਤੇ ਕਰ, ਉਹਨੂੰ ਯਾਦ ਕਰ, ਤਾਂ ਮੰਨਿਆ ਜਾਏ ਕਿ ਚੇਤਨਤਾ ਵਿੱਚ ਨਹੀਂ ਤਾਂ ਸੁੱਤਾ ਹੈ। ਇਹ ਸਭ ਤੋਂ ਪਹਿਲਾ ਗੁਰਮੁਖ ਦਾ ਲੱਛਣ ਆ ਕਿ ਉਹ ਸੁਰਤ ਕਰਕੇ ਜਾਗਦਾ ਹੈ ਅਤੇ ਲਿਵ ਜੋੜਦਾ ਹੈ, ਪਰਮੇਸ਼ਰ ਨਾਲ ਜੁੜ ਕੇ ਬਹਿੰਦਾ ਹੈ, ਸਤਸੰਗ ਵਿੱਚ ਵੀ ਬਹਿੰਦਾ ਹੈ ਅਤੇ ਇੱਕ ਇੱਕ ਅੱਖਰ 'ਤੇ ਉਹਦਾ ਖਿਆਲ ਹੁੰਦਾ ਹੈ। ਇਹਨੂੰ ਕਹਿੰਦੇ ਨੇ ਸੁਰਤ ਦਾ ਜੁੜ ਜਾਣਾ ਅਤੇ ਅੰਦਰੋਂ ਜਾਗਰਤ ਹੋ ਜਾਣਾ। ਜਾਗਣਾ, ਜਾਗਣ ਨੀਕਾ, ਜਾਗਣਾ ਬੜਾ ਪਵਿੱਤਰ ਆ, ਜਾਗਣਾ ਬੜਾ ਨਿਰਮਲ ਆ, ਜਾਗਣਾ ਬੜਾ ਮਹਾਨ ਆ, ਪਰ ਉਹ ਜਾਗਣਾ ਮਹਾਨ ਆ, ਹਰ ਕੀਰਤਨ ਮੈਂ ਜਾਗਣਾ, ਜਾਗਣਾ ਜਦੋਂ
ਹਰੀ ਦੇ ਕੀਰਤਨ ਵਿੱਚ ਪਰਮੇਸ਼ਰ ਦੀ ਉਸਤਤ ਵਿੱਚ ਲੱਗ ਕੇ ਅੰਦਰੋਂ ਜਾਗਰਤ ਹੋ ਜਾਏ ਅਤੇ ਸੁਰਤ ਉਹਦੇ ਨਾਲ ਜੁੜ ਜਾਏ। ਭਾਈ ਸਾਹਿਬ ਕਹਿੰਦੇ ਨੇ ਪਹਿਲਾ ਲੱਛਣ ਗੁਰਮੁਖ ਦਾ ਇਹ ਆ, ਗੁਰਮੁਖ ਸਹਿਜ ਸੁਭਾਉ, ਜਿੱਥੇ ਉਹ ਅੰਤਰ ਗਿਆਨੀ ਹੈ ਉਹਦੀ ਆਦਤ ਵਿੱਚ ਗਿਆਨ ਹੈ, ਸੁਭਾਅ ਵਿੱਚ ਗਿਆਨ ਹੈ, ਸੁਰਤ ਸੋ ਜਾਗ ਹੈ, ਉਹ ਸੁਰਤ ਕਰਕੇ ਲਿਵ ਕਰਕੇ ਜਾਗਿਆ ਹੋਇਆ। ਮਧੁਰ ਬਚਨ ਆਲਾਓ ਹੋਮੈਂ ਤਿਆਗ ਹੈ। ਹੁਣ ਅਗਲਾ ਲੱਛਣ ਦੱਸਦੇ ਨੇ, ਕਹਿੰਦੇ ਗੁਰਮੁਖ ਦਾ ਅਗਲਾ ਲੱਛਣ ਇਹ ਆ ਕਿ ਉਹ ਮਧੁਰ ਬਚਨ ਬੋਲਦਾ ਹੈ, ਉਹਦੇ ਬੋਲ ਮਿੱਠੇ ਹੁੰਦੇ ਨੇ। ਮਧੁਰ ਬਚਨ ਅਲਾਓ, ਅਲਾਓ ਦਾ ਅਰਥ ਬੋਲਣਾ, ਉਹ ਜਦੋਂ ਬੋਲਦਾ ਹੈ ਮਿੱਠਾ ਬੋਲਦਾ ਹੈ। ਇਹ ਗੁਰਮੁਖ ਦਾ ਸੁਭਾਅ ਹੈ, ਇਹ ਗੁਰਮੁਖ ਦਾ ਲੱਛਣ ਆ। ਅਤੇ ਗੁਰਦੇਵ ਨੇ ਵੀ ਉਹ ਸ਼ਬਦ ਬਖਸ਼ੇ ਨੇ, ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ। ਪਰਮੇਸ਼ਰ ਮਿੱਠਾ ਬੋਲਦਾ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਨਿਰੰਕਾਰ ਆ, ਪਰਮੇਸ਼ਰ ਨਿਰਾਕਾਰ ਆ, ਫਿਰ ਬੋਲਦਾ ਕਿਵੇਂ? ਜਦੋਂ ਗੁਰਮੁਖ ਬੋਲਦਾ ਹੈ ਉਦੋਂ ਸਮਝੋ ਪਰਮੇਸ਼ਰ ਬੋਲਦਾ ਹੈ। ਜਦੋਂ ਗੁਰਮੁਖ ਦੇ ਮਿੱਠੇ ਬੋਲ ਬੋਲੇ ਜਾਂਦੇ ਨੇ, ਉਸ ਜ਼ੁਬਾਨ ਵਿੱਚੋਂ ਨਿਕਲਣ ਵਾਲੇ ਸ਼ਬਦ ਪਰਮੇਸ਼ਰ ਦੇ ਬੋਲ ਹੁੰਦੇ ਨੇ। ਕੌੜੇ ਬੋਲ ਪਰਮੇਸ਼ਰ ਦੇ ਬੋਲ ਨਹੀਂ ਹੈ। ਇਹਨਾਂ ਸ਼ਬਦਾਂ ਵਿੱਚ ਇੱਕ ਸ਼ਬਦ ਗੁਰਦੇਵ ਨੇ ਬੜਾ ਮਜ਼ਬੂਤ ਬਖਸ਼ਿਆ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮੈਂ ਸੰਭਲ ਸੰਭਲ ਕੇ ਭਾਵ ਵਾਰ ਵਾਰ ਵਿਚਾਰ ਕਰਕੇ ਵੇਖਿਆ, ਉਹ ਕਦੇ ਕੌੜਾ ਬੋਲਦਾ ਹੀ ਨਹੀਂ। ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਫਿਰ ਕਹਿੰਦੇ ਨੇ ਕੌੜਾ ਬੋਲਣਾ ਜਾਣੇ ਪੂਰਨ ਭਗਵਾਨ ਹੈ। ਹਜ਼ੂਰ ਕਹਿੰਦੇ ਨੇ ਪਰਮੇਸ਼ਰ ਜੇ ਕੁਝ ਨਹੀਂ ਜਾਣਦਾ ਤਾਂ ਕੌੜਾ ਬੋਲਣਾ ਨਹੀਂ ਜਾਣਦਾ, ਜੇ ਕਿਤੇ ਕੁੜੱਤਣ ਆ ਤਾਂ ਸਮਝ ਲਓ ਇੱਥੇ ਪਰਮੇਸ਼ਰ ਨਹੀਂ ਬੋਲ ਰਿਹਾ, ਇੱਥੇ ਮਨੁੱਖ ਬੋਲ ਰਿਹਾ। ਜਿੱਥੇ ਮਿੱਠਤ ਆ ਉੱਥੇ ਮਨੁੱਖ ਨਹੀਂ ਬੋਲ ਰਿਹਾ, ਉੱਥੇ ਪਰਮੇਸ਼ਰ ਬੋਲ ਰਿਹਾ। ਬੋਲੀ ਦਾ ਇੰਨਾ ਭੇਦ ਆ। ਇੱਕ ਹੈ ਮਾਂ ਬੋਲੀ, ਇੱਕ ਹੈ ਗੁਰਦੇਵ ਬੋਲੀ। ਬਾਣੀ ਦਾ ਅਰਥ ਬੋਲੀ ਹੁੰਦਾ। ਜਦੋਂ ਗੁਰਬਾਣੀ ਸ਼ਬਦ ਆਉਂਦਾ ਹੈ ਉਦੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਗੁਰੂ ਕੀ ਬੋਲੀ ਹੈ। ਅਤੇ ਜੋ ਗੁਰੂ ਦੀ ਬੋਲੀ ਬੋਲਣ ਲੱਗਦਾ ਹੈ, ਮਾਂ ਬੋਲੀ ਭਾਸ਼ਾ ਨੂੰ ਕਹਿੰਦੇ ਨੇ। ਜੇ ਕੋਈ ਹਿੰਦੀ ਭਾਸ਼ਾਈ ਘਰ ਵਿੱਚ ਜਨਮ ਲੈਂਦਾ ਹੈ ਅਤੇ ਉਹਦੇ ਮਨ ਦਾ ਵਿਕਾਸ, ਉਹਦੀ ਸੋਚ ਦਾ ਵਿਕਾਸ, ਉਹਦੀ ਬੋਲੀ ਦਾ ਵਿਕਾਸ ਸਾਰਾ ਕੁਝ ਹਿੰਦੀ ਵਿੱਚ ਹੁੰਦਾ ਹੈ। ਜੇ ਕੋਈ ਅੰਗਰੇਜ਼ ਘਰ ਵਿੱਚ ਜਨਮ ਲੈਂਦਾ ਹੈ ਅਤੇ ਉਹਦਾ ਹਰ ਕਿਸਮ ਦਾ ਵਿਕਾਸ ਅਤੇ ਉਹਦੀ ਬੋਲੀ ਦਾ ਭਾਸ਼ਾ ਦਾ ਵਿਕਾਸ ਸਾਰੇ ਦਾ ਸਾਰਾ ਇੰਗਲਿਸ਼ ਵਿੱਚ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਜੋ ਪੰਜਾਬੀ ਘਰ ਵਿੱਚ ਜਨਮ ਲੈਂਦਾ ਹੈ ਉਹਦੀ ਮਾਂ ਪੰਜਾਬੀ ਬੋਲਦੀ ਹੈ, ਇਸੇ ਕਰਕੇ ਉਹਨੂੰ ਕਿਹਾ ਜਾਂਦਾ ਹੈ ਇਹ ਪੰਜਾਬੀ ਮਾਂ ਬੋਲੀ ਸਿੱਖ ਗਿਆ। ਜਿਸ ਤਰ੍ਹਾਂ ਮਾਂ ਬੋਲੇਗੀ ਉੱਦਾਂ ਹੀ ਬੱਚਾ ਬੋਲੇਗਾ। ਹੁਣ ਮਾਂ ਬੋਲੀ ਤੱਕ ਸੀਮਤ ਨਹੀਂ ਹੈ, ਪਹਿਲਾਂ ਮਾਂ ਬੋਲੀ ਸਿੱਖੀ ਹੈ, ਹੁਣ ਅਸੀਂ ਸਤਸੰਗ ਕਰਨੇ। ਜਦੋਂ ਸਤਸੰਗ ਕਰਦਾ ਹੈ ਤਾਂ ਗੁਰਮੁਖ ਬਣਦਾ ਹੈ, ਜਦੋਂ ਗੁਰਮੁਖ ਬਣਦਾ ਹੈ ਉਦੋਂ ਉਹਦੀ ਬੋਲੀ ਗੁਰੂ ਬੋਲੀ ਹੋ ਜਾਂਦੀ ਹੈ, ਉਹਨੂੰ ਗੁਰੂ ਬਾਣੀ ਕਹਿੰਦੇ ਨੇ। ਬੋਲੀ ਵਿੱਚ ਮਿੱਠਤ ਹੁੰਦੀ ਹੈ, ਉਹ ਬੋਲੀ ਮਹਾਨ ਬੋਲੀ ਹੁੰਦੀ ਹੈ। ਔਰ ਬੋਲੀ ਬਹੁਤ ਕਿਸਮ ਦੀ ਹੈ, ਇੱਕ ਕੌੜੀ ਬੋਲੀ ਹੈ, ਇੱਕ ਹੋਛੀ ਬੋਲੀ ਹੈ। ਹੋਛੀ ਬੋਲੀ ਕਹਿੰਦੇ ਨੇ ਗਪੌੜ ਕਹਿਣ ਵਾਲੇ ਨੂੰ, ਜੋ ਸੱਚ ਦੇ ਨੇੜਿਓਂ ਵੀ ਨਾ ਲੰਘਿਆ ਹੋਵੇ। ਹੁਣ ਸਾਧ ਸੰਗਤ ਕਰਨ ਵਾਲੇ ਗੁਰਮੁਖ 'ਤੇ ਇਹ ਪ੍ਰਭਾਵ ਪੈਂਦਾ ਹੈ ਕਿ ਉਹ ਗੁਰਮੁਖ ਸਾਧ ਸੰਗਤ ਵਿੱਚੋਂ ਇਹ ਗੱਲ ਸਿੱਖਦਾ ਹੈ, ਬੋਲੀਏ ਸੱਚ, ਉਹ ਸਿੱਖਦਾ ਕਿ ਸੱਚ ਬੋਲਣਾ ਹੈ। ਕਿਉਂ ਬੋਲਣਾ ਸੱਚ? ਬੋਲੀਏ ਸੱਚ ਧਰਮ। ਹਜ਼ੂਰ ਕਹਿੰਦੇ ਮੈਂ ਨਹੀਂ ਕਹਿੰਦਾ ਤੇਰਾ ਧਰਮ ਕਿਹੜਾ ਹੈ, ਔਰ ਤੇਰੇ ਧਰਮ ਨੂੰ ਜਿਹੜਾ ਵੀ ਤੂੰ ਮੰਨਦਾ ਹੈ ਉਸ ਧਰਮ ਨੂੰ ਮੈਂ ਉੱਤਮ ਮੰਨਣ ਲਈ ਮਨਜ਼ੂਰ ਹਾਂ, ਪਰ ਤੇਰੇ ਕੋਲ ਸੱਚ ਹੋਣਾ ਚਾਹੀਦਾ ਹੈ। ਬੋਲੀਏ ਸੱਚ ਧਰਮ। ਜਦੋਂ ਸੱਚ ਬੋਲੇਗਾ ਉਦੋਂ ਧਾਰਮਿਕ ਹੋਏਗਾ, ਜਿੰਨਾ ਚਿਰ ਤੱਕ ਸੱਚ ਪੱਲੇ ਦੀ ਤੂੰ ਧਾਰਮਿਕ ਨਹੀਂ ਹੈ, ਲਿਬਾਸ ਜਿੱਦਾਂ ਦਾ ਮਰਜ਼ੀ ਪਾਲਾ।
ਇੱਥੇ ਲਿਬਾਸ ਦਾ ਵਿਰੋਧ ਨਹੀਂ ਹੈ। ਲਿਬਾਸ ਧਰਮ ਵਾਲਾ ਮਨੁੱਖ ਪਾਉਂਦਾ ਹੀ ਔਰ ਪਾਉਣਾ ਚਾਹੀਦਾ ਵੀ ਹੈ। ਸਿੱਖ ਦਾ ਵੀ ਪੰਜ ਕਕਾਰੀ ਲਿਬਾਸ ਆ, ਪਰ ਮੇਰੇ ਲਿਬਾਸ ਦੇ ਨਾਲ ਜਿੰਨਾ ਚਿਰ ਤੱਕ ਸੱਚ ਪੱਲੇ ਨਹੀਂ ਹੈ ਧਰਮ ਨਹੀਂ ਮਿਲਣਾ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਹੁਣ ਸ਼ਰਤ ਇਹ ਲੱਗਦੀ ਹੈ ਕਿ ਗੁਰੂ ਨੇ ਇੱਕ ਵਾਟ ਦੱਸੀ ਹੈ, ਵਾਟ ਦਾ ਹੁੰਦਾ ਮਾਰਗ ਰਸਤਾ, ਗੁਰੂ ਨੇ ਰਸਤਾ ਦੱਸ ਦਿੱਤਾ ਤੂੰ ਇਹਦੇ 'ਤੇ ਤੁਰਨਾ ਹੈ। ਅਤੇ ਜੋ ਮੁਰੀਦ ਆ, ਜੇ ਉਹਨੇ ਗੁਰਮੁਖ ਬਣਨਾ ਹੈ, ਉਹ ਪੂਰੀ ਤਰ੍ਹਾਂ ਗੁਰਮੁਖਤਾ ਹੀ ਜੀਵਨ ਵਿੱਚ ਲਿਆਉਣੀ ਚਾਹੁੰਦਾ ਹੈ, ਮੁਰੀਦਾਂ ਜੋਲੀ ਹੈ, ਉਹਨੂੰ ਉਸ ਰਸਤੇ 'ਤੇ ਤੁਰਨਾ ਚਾਹੀਦਾ ਹੈ। ਮੁਰੀਦ ਬਣੇਗਾ ਅਤੇ ਗੁਰਮੁਖ ਬਣੇਗਾ, ਪਰ ਬੋਲੀ ਵਿੱਚ ਮਿੱਠਤ ਹੋਣੀ ਚਾਹੀਦੀ ਹੈ। ਬੋਲੀ ਵਿੱਚ ਮਿੱਠਤ, ਮਿੱਠਤ ਵਿੱਚ ਸ਼ਰਤ ਹੈ। ਜਦੋਂ ਬੋਲੀ ਵਿੱਚ ਮਿੱਠਤ ਆਵੇ, ਨਾਲ ਨਾਲ ਸ਼ਰਧ ਹੋਵੇ, ਬੋਲੀ ਮਹਾਨ ਹੋ ਜਾਂਦੀ। ਪਰ ਕਈ ਵਾਰ ਬੋਲੀ ਹੋਰ ਹੁੰਦੀ ਹੈ, ਮਨੁੱਖ ਦੀ ਸੋਚ ਹੋਰ ਹੁੰਦੀ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚੇ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਹੈ। ਜਿੰਨਾ ਚਿਰ ਤੱਕ ਦਿਲ ਵਿੱਚ ਮੁਹੱਬਤ ਆ, ਉਹਨਾਂ ਚਿਰ ਤੱਕ ਸੱਚ ਪੱਲੇ ਆ, ਅਤੇ ਜਿੰਨਾ ਚਿਰ ਤੱਕ ਮਨ ਵਿੱਚ ਕੁਝ ਹੋਰ ਆ, ਮੁੱਖ ਵਿੱਚ ਕੁਝ ਹੋਰ ਆ, ਇਹ ਕੱਚਾ ਹੀ ਹੈ। ਇਹਦਾ ਜੀਵਨ ਵੀ ਕੱਚਾ ਹੈ, ਇਹਦੀ ਬੋਲੀ ਵੀ ਕੱਚੀ ਹੈ, ਬੋਲੀ ਪੱਕੀ ਨਹੀਂ ਹੋਈ। ਬੋਲੀ ਵਿੱਚ ਮਿੱਠਤ ਚਾਹੀਦੀ। ਬਾਬਾ ਫਰੀਦ ਸਾਹਿਬ ਨੇ ਤੇ ਇੱਕ ਕੁਐਸਚਨ ਕੀਤਾ, ਇੱਕ ਸਵਾਲ ਕੀਤਾ ਹੈ, ਕਹਿੰਦੇ ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ। ਉਹ ਕਿਹੜੇ ਬੋਲ ਨੇ ਜਿਹਦੇ ਨਾਲ ਕੋਈ ਐਸਾ ਗੁਣ ਪੈਦਾ ਹੋ ਜਾਏ, ਜਿਹਦੇ ਨਾਲ ਮਣੀਆਂ ਮੰਤ, ਸਰਵੋਤਮ ਮੰਤਰ ਮਿਲ ਜਾਏ। ਮਣੀਆਂ ਮੰਤਰ ਤਾਂ ਉੱਚੇ ਤਾਂ ਉੱਚਾ ਮੰਤਰ, ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਕਹਿ ਸਕਦੇ ਹਾਂ, ਇਹ ਪ੍ਰਾਪਤ ਹੋ ਜਾਏ, ਜੀਵਨ ਦਾ ਸ਼ਿੰਗਾਰ ਬਣ ਜਾਏ। ਕਿਵੇਂ ਮਿਲੇ, ਕਿਸ ਤਰੀਕੇ ਨਾਲ ਮਿਲੇ? ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋਂ ਹੋਂ ਕਰੀ। ਹੋਂ ਦਾ ਅਰਥ ਮੈਂ, ਵੇਸੋਂ ਵੇਸ ਲਿਬਾਸ। ਐਸਾ ਕਿਹੜਾ ਲਿਬਾਸ ਆ ਜਿਹੜਾ ਮੈਂ ਪਾ ਲਵਾਂ? ਜਿੱਤ ਵਸ ਆਵੇ ਕੰਤ, ਮੈਨੂੰ ਕੋਈ ਉਹ ਬੋਲੀ ਦੱਸੇ ਜਿਸ ਬੋਲੀ ਦੇ ਨਾਲ ਕੰਤ ਵਸ ਵਿੱਚ ਹੁੰਦਾ, ਮੈਨੂੰ ਕੋਈ ਲਿਬਾਸ ਦੱਸੇ ਜਿਸ ਲਿਬਾਸ ਦੇ ਨਾਲ ਕੰਤ, ਕੰਧ ਅਰਥ ਹੁੰਦਾ ਪਤੀ, ਪਤੀ ਪਰਮੇਸ਼ਰ, ਹਰ ਜੀਵ ਇਸਤਰੀ ਦਾ, ਜਿਹਦੇ ਨਾਲ ਕੰਤ ਵਸ ਵਿੱਚ ਹੁੰਦਾ, ਕੋਈ ਐਸਾ ਸੱਜਣ ਮਿਲ ਜਾਏ, ਕੋਈ ਐਸਾ ਸੱਜਣ ਟੋਲ ਲਵਾਂ। ਕਵਣ ਸੋ ਅੱਖਰ, ਅੱਖਰ ਸ਼ਬਦ ਬੋਲ, ਅੱਖਰਾਂ ਦੇ ਤਾਲਮੇਲ ਨਾਲ ਸ਼ਬਦ ਬਣਦਾ ਹੈ, ਬੋਲੀ ਬਣਦੀ ਹੈ। ਜਿਹੜੀ ਵੀ ਬੋਲੀ ਈਜਾਦ ਹੁੰਦੀ ਹੈ, ਉਹ ਅੱਖਰਾਂ ਦੇ ਤਾਲਮੇਲ ਨਾਲ ਬਣਦੀ ਹੈ। ਇਹ ਮਨੁੱਖ ਇੱਕ ਐਸਾ ਪਰਮੇਸ਼ਰ ਦਾ ਬਣਾਇਆ ਹੋਇਆ ਸਰਵੋਤਮ ਜੀਵ ਆ, ਉੱਤਮ ਜਨਮ ਸੋ ਮਾਨਸ ਦੇਹੀ ਹੈ, ਜਿਹਨੇ ਬਹੁਤ ਸਾਰੀਆਂ ਭਾਸ਼ਾਵਾਂ ਈਜਾਦ ਕੀਤੀਆਂ ਨੇ, ਔਰ ਕੋਈ ਐਸੀ ਭਾਸ਼ਾ ਨਹੀਂ, ਕੋਈ ਐਸੀ ਬੋਲੀ ਨਹੀਂ ਜਿਹਦੇ ਵਿੱਚ ਮਿੱਠੇ ਬੋਲ ਨਾ ਹੋਣ, ਕੋਈ ਐਸੀ ਬੋਲੀ ਨਹੀਂ ਜਿਹਦੇ ਵਿੱਚ ਕੌੜੇ ਬੋਲ ਨਾ ਹੋਣ। ਪਰ ਈਜਾਦ ਮਨੁੱਖ ਕਰ ਸਕਦੇ, ਬੋਲੀਆਂ ਸਾਰੇ ਜੀ ਬੋਲਦੇ ਨੇ, ਸਭ ਜੀ ਬੋਲਦੇ ਨੇ, ਪਰ ਬੋਲੀ ਈਜਾਦ ਨਹੀਂ ਕਰ ਸਕੀ। ਸ਼੍ਰੀ ਰਾਮ ਚੰਦਰ ਜੀ ਦੇ ਸਮੇਂ 'ਤੇ ਜਿਹੜੀ ਬਿੱਲੀ ਮਿਆਉਂ ਮਿਆਉਂ ਕਰਦੀ ਸੀ, ਉਹ ਅੱਜ ਵੀ ਮਿਆਉਂ ਮਿਆਉਂ ਹੀ ਕਰਦੀ। ਸਤਯੁਗ ਵਿੱਚ ਜਿਹੜਾ ਕਾਂ 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 ਕਰਦਾ ਸੀ, ਉਹ ਅੱਜ ਵੀ ਕਾਂ ਕਾਂ ਹੀ ਕਰਦਾ ਹੈ। ਹੁਣ ਬੋਲੀ ਦੀ ਮਿੱਠਤ ਦਾ ਭੇਦ ਆ। ਕਾਂ ਬਨੇਰੇ 'ਤੇ ਆ ਕੇ ਬੋਲਦਾ ਹੈ ਅਤੇ ਉਹਨੂੰ ਢੀਮਾਂ ਮਾਰੀਆਂ ਜਾਂਦੀਆਂ ਨੇ, ਉਡਾਇਆ ਜਾਂਦਾ ਹੈ, ਅਤੇ ਕੋਇਲ ਕਿਸੇ ਪੇੜ 'ਤੇ ਗਾ ਰਹੀ ਹੁੰਦੀ ਹੈ, ਉਹਦੇ ਨਾਲ ਬੱਚੇ ਗਾਉਣ ਲੱਗ ਜਾਂਦੇ ਨੇ, ਚਾਹੁੰਦੇ ਨੇ ਕਿਤੇ ਨਜ਼ਰ 'ਤੇ ਆ ਜਾਏ, ਭੱਜ ਭੱਜ ਵਹਿੰਦੇ ਨੇ, ਕੋਇਲ ਹੈ ਕਿੱਦਾਂ ਦੀ ਹੈ। ਬੋਲੀ
ਮਨੁੱਖ ਦੇ ਹੀ ਨਹੀਂ ਜੀਵ ਦੇ ਵੀ ਜੀਵਨ ਨੂੰ ਸ਼ਿੰਗਾਰਦੀ ਹੈ, ਜੀਵ ਦੇ ਵੀ ਜੀਵਨ ਨੂੰ ਵਿਗਾੜਦੀ ਹੈ। ਜਿਸ ਜੀਵ ਕੋਲ ਮਿੱਠੀ ਬੋਲੀ ਨਹੀਂ ਉਹਦੇ ਨਾਲ ਕੋਈ ਪਿਆਰ ਨਹੀਂ ਕਰਦਾ, ਅਤੇ ਜਿਹਦੇ ਕੋਲ ਮਿੱਠੀ ਬੋਲੀ ਹੁੰਦੀ ਹੈ ਉਹਨੂੰ ਸਾਰੇ ਸੰਸਾਰ ਦਾ ਪਿਆਰ ਮਿਲਦਾ ਹੈ। ਪੰਚਤੰਤਰ ਦੀ ਇੱਕ ਕਹਾਣੀ ਹੈ। ਕਾਂ ਉੱਡ ਕੇ ਚੱਲਿਆ ਪੂਰਬ ਵੱਲ ਨੂੰ ਅਤੇ ਕੋਇਲ ਨੇ ਪੁੱਛਿਆ ਕਿੱਥੇ ਚੱਲੇ ਹੈ? ਉਹ ਕਹਿੰਦਾ ਮੈਂ ਸੁਣਿਆ ਹੈ ਪੂਰਬ ਵਿੱਚ ਸੰਗੀਤ ਦੀ ਬੜੀ ਕਦਰ ਹੁੰਦੀ ਹੈ, ਇੱਥੇ ਲੋਕ ਕਦਰ ਨਹੀਂ ਕਰਦੇ, ਮੈਂ ਪੂਰਬ ਵਿੱਚ ਜਾ ਕੇ ਗਾਵਾਂਗਾ ਅਤੇ ਮੇਰੀ ਕਦਰ ਹੋਏਗੀ। ਉਹਨੇ ਆਖਿਆ ਕਾਵਾਂ ਪੂਰਬ ਵਿੱਚ ਜਾ ਕੇ ਵੀ ਕਦਰ ਨਹੀਂ ਮਿਲਦੀ। ਉਹਨੇ ਆਖਿਆ ਕਿਉਂ ਨਹੀਂ ਮਿਲਣੀ? ਕੋਇਲ ਆਖਣ ਲੱਗੀ ਮਿੱਠੇ ਬੋਲ ਬੋਲਣੇ ਸਿੱਖੇਗਾ ਅਤੇ ਤਾਂ ਕਦਰ ਹੋਏਗੀ, ਤਾਂ ਇੱਜ਼ਤ ਮਿਲੇਗੀ, ਤਾਂ ਪਿਆਰ ਮਿਲੇਗਾ, ਨਹੀਂ ਤਾਂ ਨਹੀਂ ਮਿਲਣਾ। ਜੀਵਾਂ ਨੂੰ ਵੀ ਪਿਆਰ ਨਹੀਂ ਮਿਲਦਾ, ਮਨੁੱਖ ਨੂੰ ਕਿਵੇਂ ਮਿਲ ਜਾਏ? ਬੋਲੀ ਵਿੱਚ ਮਿੱਠਾ ਤਾਂ ਚਾਹੀਦੀ ਹੈ। ਅਬਦੁਲ ਰਹੀਮ ਖਾਨ ਖਾਨਾ ਅਕਬਰ ਦਾ ਨੌਵਾਂ ਰਤਨ ਹੋਇਆ, ਨੌ ਰਤਨਾਂ 'ਚੋਂ ਇੱਕ ਹੋਇਆ। ਉਹਨੇ ਬਹੁਤ ਸਾਰੇ ਸ਼ਲੋਕ ਹਿੰਦੀ ਜ਼ੁਬਾਨ ਵਿੱਚ ਲਿਖੇ ਨੇ। ਬਾਜ਼ਾਰ ਵਿੱਚ ਗਿਆ, ਉਹਨੇ ਵੇਖਿਆ ਖੀਰੇ ਕੋਈ ਵੇਚ ਰਿਹਾ ਹੈ ਅਤੇ ਖੀਰੇ ਦਾ ਸਿਰ ਕੱਟ ਕੇ ਉਹਦੇ ਉੱਤੇ ਲੂਣ ਲਾ ਕੇ ਉਹਨੂੰ ਮਲਦਾ ਹੈ। ਉਹਨੇ ਪੁੱਛਿਆ ਖੀਰੇ 'ਤੇ ਸਿਰ ਨੂੰ ਕੱਟ ਕੇ ਇਹਦੇ ਉੱਤੇ ਲੂਣ ਲਾ ਕੇ ਇਹਨੂੰ ਮਲਦਾ ਕਿਉਂ ਆ? ਉਹਨੇ ਜਵਾਬ ਦਿੱਤਾ ਇਹ ਬੜਾ ਕੌੜਾ ਹੈ, ਜਦ ਇਹਨੂੰ ਮਲਿਆ ਜਾਏ ਉਦੋਂ ਮਿੱਠਾ ਹੋ ਜਾਂਦਾ ਹੈ। ਸਿਰ ਕੱਟ ਕੇ ਲੂਣ ਲਾ ਕੇ ਮਲਿਓ ਮਿੱਠਾ ਹੋ ਜਾਂਦਾ ਹੈ। ਉਹਨੇ ਉਹਦੇ ਤੋਂ ਸਮਝਿਆ ਅਤੇ ਇੱਕ ਸ਼ਲੋਕ ਲਿਖਿਆ, ਖੀਰਾ ਸਿਰ ਸੇ ਕਾਟੀਏ ਮਲੀਏ ਨਮਕ ਲਗਾਏ। ਖੀਰਾ ਸਿਰ ਤੋਂ ਕੱਟ ਦਈਏ ਅਤੇ ਨਮਕ ਲਾ ਕੇ ਮਲ ਲਈਏ। ਖੀਰਾ ਸਿਰ ਸੇ ਕਾਟੀਏ ਮਲੀਏ ਨਮਕ ਲਗਾਏ, ਰਹਿਮਨ ਓਛੇ ਨਰਨ ਅਤੇ ਚਹੀਅਤ ਯਹੀ ਸਜਾਏ। ਜਿਹਦੀ ਬੋਲੀ ਹੋਛੀ ਹੈ, ਜਿਹਦੀ ਬੋਲੀ ਵਿੱਚ ਗਪੌੜ ਆ, ਜਿਹਦੀ ਬੋਲੀ ਵਿੱਚ ਸੱਚ ਨਹੀਂ, ਐਸੇ ਮਨੁੱਖ ਨੂੰ ਵੀ ਇੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਹੋ ਸਕਦਾ ਉਹਦੀ ਕੁੜੱਤਣ ਨਿਕਲ ਜਾਏ। ਕੌੜੀ ਬੋਲੀ ਜਾਂ ਹੋਛੀ ਬੋਲੀ ਮਨੁੱਖ ਨੂੰ ਕਿਤੇ ਸਨਮਾਨ ਨਹੀਂ ਪਾਉਣ ਦਿੰਦੇ। ਮਿੱਠਾ ਤਾਂ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਮਨੁੱਖ ਨੀਵਾਂ ਨਹੀਂ ਹੈ, ਮਿੱਠਾ ਤਾਂ ਨੀਵੀਂ ਹੈ, ਗੁਣਾਂ ਅਤੇ ਚੰਗਿਆਈਆਂ ਦਾ ਇਹ ਤੱਤ ਆ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋਂ ਹੋ ਕਰੀ, ਕਿਸ ਤਰ੍ਹਾਂ ਦਾ ਲਿਬਾਸ ਪਾਵਾਂ ਜਿੱਤ ਵਸ ਆਵੇ ਕੰਤ। ਫਿਰ ਜਵਾਬ ਦਿੰਦੇ ਨੇ ਅਗਲੇ ਸ਼ਲੋਕ ਵਿੱਚ, ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਬੋਲ ਏਦਾਂ ਦੇ ਹੋਣ, ਸਿਰ ਝੁਕਾਵੇ ਜਾਂ ਨਾ ਝੁਕਾਵੇ, ਪਰ ਬੋਲੀ ਇਸ ਤਰ੍ਹਾਂ ਦੀ ਹੋਵੇ ਕਿ ਸਾਹਮਣੇ ਵਾਲਾ ਐ ਜਿਵੇਂ ਖਰੀਦਿਆ ਹੀ ਗਿਆ ਹੈ। ਨਿਮਣ ਸੋ ਅੱਖਰ, ਨਿਮਣ ਦਾ ਅਰਥ ਹੈ ਬੋਲੀ ਵਿੱਚ ਨਿਮਰਤਾ। ਇੰਨੇ ਮਿੱਠੇ ਬੋਲ ਕੇ ਨਿਮਰਤਾ ਦੇ ਭਰੇ ਹੋਏ। ਖਵਣ ਗੁਣ, ਜੇ ਕਿਤੇ ਗਲਤੀ ਹੁੰਦੀ ਹੈ ਤੇ ਸ਼ਮਾ ਮੰਗ ਸਕੇ। ਹੰਕਾਰ ਮਨੁੱਖ ਨੂੰ ਸ਼ਮਾ ਨਹੀਂ ਮੰਗਣ ਦਿੰਦਾ, ਇਸ ਕਰਕੇ ਇਹਦੀ ਬੋਲੀ ਕੁੜੱਤਣ ਭਰੀ ਹੋ ਜਾਂਦੀ ਹੈ। ਇਸ ਕਰਕੇ ਅੰਗਰੇਜ਼ਾਂ ਨੇ ਦੋ ਸ਼ਬਦ ਬਖਸ਼ੇ ਨੇ, ਇੱਕ ਸੌਰੀ, ਇੱਕ ਥੈਂਕ ਯੂ, ਅਤੇ ਤੀਜਾ ਬਖਸ਼ਿਆ ਵੈਲਕਮ। ਮਾੜੀ ਜਿਹੀ ਗਲਤੀ ਹੋਈ ਸੌਰੀ ਕਹਿ ਦਿੱਤਾ, ਸਾਹਮਣੇ ਵਾਲਾ ਕੁਝ ਵੀ ਹੋਵੇ ਉਹ ਵੈਲਕਮ ਕਹਿ ਕੇ ਲੱਗ ਜਾਂਦਾ ਹੈ। ਜੇ ਕਿਸੇ ਨੇ ਕੋਈ ਥੋੜ੍ਹਾ ਜਿਹਾ ਹੀ ਫਾਇਦਾ ਕੀਤਾ ਥੈਂਕ ਯੂ ਕਿਹਾ, ਵੈਲਕਮ ਕਹਿ ਕੇ ਲੱਗ ਜਾਂਦਾ, ਝਗੜਾ ਕਿੱਥੇ ਹੈ? ਝਗੜਾ ਖਤਮ। ਲੜਾਈਆਂ ਉਦੋਂ ਹੁੰਦੀਆਂ ਨੇ ਜਦੋਂ ਮਨੁੱਖ ਨੂੰ ਨਿਉਣ ਵਾਲੇ ਅੱਖਰ ਨਹੀਂ ਆਉਂਦੇ, ਉਹ ਸ਼ਬਦ ਹੀ ਨਹੀਂ ਆਉਂਦੇ ਜਿਹਦੇ ਨਾਲ ਨੀਵਾਂ ਹੋ ਜਾਏ। ਨਿਮਣ ਸੋ ਅੱਖਰ, ਉਹ ਬੋਲ, ਉਹ ਅੱਖਰਾਂ ਦਾ ਤਾਲਮੇਲ, ਉਹ ਸ਼ਬਦ ਜਿਨ੍ਹਾਂ ਨਾਲ ਮਿੱਠਤ ਆ ਜਾਏ। ਨਿਮਣ ਸੋ ਅੱਖਰ ਖਵਣ ਗੁਣ, ਸ਼ਮਾ ਯਾਚਨਾ, ਖਿਮਾ ਮੰਗਣੀ, ਇਹ ਗੁਣ, ਇਹ ਵਿਸ਼ੇਸ਼ ਗੁਣ ਜਿਹਬਾ, ਅਤੇ ਇਹ ਗੁਣ ਜ਼ੁਬਾਨ ਵਿੱਚ ਹੋਣਾ ਚਾਹੀਦਾ ਹੈ। ਮਣੀਆਂ ਮੰਤਰ, ਇਹ ਸਰਵੋਤਮ ਮੰਤਰ ਆ।
जीवन जीवन का जीवन जाच का सब तो उत्तम मंत्र यह है कि निवण सो अखर आ जाण, खवण गुण आ जाए तो जुबान मिठत नाल भर जाए। ये त्रै भैने वेस कर इन्हां तिन्हां चीज़ां दा लिबास बना लै भैण, खवण सो अखर दा, निवण गुण दा ते मिठी जुबान दा लिबास बना। ये त्रै भैने वेस कर तां वस आवै कंत, कंत ते वस विच आ जाएगा पर इदां आएगा। गुरु पातशाह ने बहुत सारे शब्द बोले ने, जिते कौड़ा शब्द की गल की है उते फिक्के बोल दी भी गल की। नानक फिक्का बोलिया तन मन फिक्का होए, फिक्की बोली मनुख नू तन करके भी फिक्का कर देंदी है ते मन करके भी फिक्का कर देंदी। मिठत मनुख दी बोली विच होवे मनुख दा सारा जन्म मिठत नाल भर जांदे। साहिब श्री गुरु नानक साहब पातशाह ने मिठे बोल ही बोले, रीठे कोल बह के अजे तक उहदे फल मिठे ने, मिठे बोल ही बोले। गुरु बाणी मिठत नाल भजी है। गुरमुख जदों जन्म नूं सवारन वास्ते सत संग करता है, सत संग विच्चों उहनूं मिठत दा जीवन प्राप्त होता है। इन्हां इन्नियां सारियां गल्लां दे विच्चों जे एक गल भी जीवन का शिंगार बन जाए तो मैं समझदा कि जीवन महान हो जाएगा। सत्संगे बख्श दे, गुरमुख दियां इह खूबियां ने। भाई साहब कह रहे ने मधुर बचन अलाओ, जदों शब्द मधुर हो जाते हैं, मधुर दा अर्थ हुंदा मिठे मिठे, मधु शहद नूं कहिंदे ने, शहद वर्गे बोल, मधुर बचन शहद वर्गे बोल अलाओ। गुरमुख दी इह पछाण, गुरमुख दा इह लक्षण कि उह जदों बोलदा है मिठा बोलदा है तो शहद वर्गा बोलदा है, उहदी जुबान तो मनो शहद निकल जाए। होमै त्याग है, बड़े स्पष्ट शब्द कहे ने भाई साहब ने, कहिंदे जदों तक होमे दा त्याग नहीं हुंदा उदों तक बचन मधुर नहीं हुंदे। जदों मैं करेगा मनुख उन्ना चिर तक बोल मिठे किवें हो सकदे ने। होमै त्याग है, जदों होमे दा त्याग हो जाएगा उदों बोल मिठे हो जाणगे। सतगुर मत परथाओ सदा अनुराग है, परथाओ परथाए मत परथाए, गुरदेव जी की मत जदों मिल जाए तो उहदे मुताबक चलन लग जाए। परथाओ दा अर्थ उहदे मुताबक चलना, उस अकल दे मुताबक चलना जो गुरु जी की अकल आ, अपनियां अकलां छड़ के गुरदेव की अकल मुताबक चलना। यह गुरमुख का तीजा लक्षण भाई साहब ने दसिया। कहिंदे जिथे गुरमुख सहज सुभा है, जिथे गुरमुख जागिया होया है, जिथे गुरमुख के बोल मिठे ने, उत्थे अगली गल ये है कि गुरमुख की मत उहदी सूझबूझ अपने गुरदेव जी के मुताबक। सतगुर मत परथाओ सदा अनुराग है, अनुराग का अर्थ हुंदा प्रेम प्यार। गुरदेव जी का हमेशा ही प्यार उन्हां नूं, सदा ही प्यार उन्हां नूं मिलदा है जिन्हां दे ये लक्षण बन जांदे ने जीवन दे। प्रेम प्याले साओ मस्तक भाग है, ते कहिंदे अगला लक्षण यह है कि प्रेम प्याले साओ, साओ दा अर्थ स्वाद। फिर इन्ना कुछ जदों जीवन विच हासिल हो जाता है उदों प्यार दे प्याले पीण लग जाता है। प्रेम प्यार प्याला, प्रेम दा प्याला, परमेश्वर प्यार दे प्याले भर भर के मिलन लग जाते ने, फिर उहदा स्वाद लैंदा है गुरमुख। प्रेम प्याले साओ मस्तक भाग है, मथे दे भाग जाग जाते ने ऐसे गुरमुख दे। ब्रह्म ज्योत ब्रह्माओ ज्ञान चराग है, ब्रह्म ज्योत नाल जुड़ के ज्योति ज्योत हो जाता है
ਅਤੇ ਜਦੋਂ ਜੋਤੀ ਜੋਤ ਹੋ ਜਾਂਦਾ ਹੈ, ਗਿਆਨ ਚਿਰਾਗ ਹੈ, ਗਿਆਨ ਦੇ ਦੀਪਕ ਮੱਤ ਵਿੱਚ ਬਲਣ ਲੱਗ ਜਾਂਦੇ ਨੇ, ਅੰਤਰ ਗਿਆਨ ਦਾ ਧਾਰਨੀ ਹੋ ਜਾਂਦਾ ਹੈ, ਉੱਤਮ ਗਿਆਨ ਦਾ ਵਾਰਸ ਹੋ ਜਾਂਦਾ ਹੈ। ਅੰਤਰ ਗੁਰ ਮੱਤ ਚਾਓ ਅਲਿਪਤ ਅਦਾਗ ਹੈ, ਅੰਦਰ ਗੁਰ ਮੱਤ ਆ ਜਾਂਦੀ ਹੈ, ਐਸੇ ਗੁਰਮੁਖ ਦੇ ਅੰਦਰ ਚਾਹ ਆ ਜਾਂਦੇ ਨੇ, ਖਿੜਾਓ ਆ ਜਾਂਦਾ ਹੈ, ਖੇੜਾ ਆ ਜਾਂਦਾ ਹੈ, ਫੁੱਲਾਂ ਦੇ ਬਗੀਚੇ ਵਾਂਗੂ ਹਿਰਦਾ ਖਿੜ ਜਾਂਦਾ ਹੈ। ਅੰਤਰ ਗੁਰਮਤ ਚਾਓ ਅਲਿਪਤ, ਸੰਸਾਰ ਦੇ ਪਦਾਰਥਾਂ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੀ ਮਹਿਕ ਨਹੀਂ ਗੁਰਮੁਖ ਤਿਆਗਦਾ, ਉਹਨਾਂ ਪਦਾਰਥਾਂ ਦਾ ਲਾਲਚ ਨਹੀਂ ਕਰਦਾ, ਅਲੇਪ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਅਲੇਪ ਅਲਿਪਤ ਅਦਾਗ ਹੈ, ਉਹਦਾ ਜੀਵਨ ਦਾਗੀ ਨਹੀਂ ਹੁੰਦਾ। ਐਸੇ ਗੁਰਮੁਖ ਦੇ ਜੀਵਨ ਵਿੱਚ ਕੋਈ ਦਾਗ ਨਹੀਂ ਆਉਂਦਾ, ਅਦਾਗ ਹੋ ਜਾਂਦਾ ਹੈ, ਬੇਦਾਗ ਹੋ ਜਾਂਦਾ ਹੈ। 20-21 ਚੜਾਓ ਸਦਾ ਸੁਹਾਗ ਹੈ। ਆਮ ਮਨੁੱਖ ਵੱਧ ਤੋਂ ਵੱਧ 20-20 ਜ਼ਿੰਦਗੀ ਜਿਉਂਦਾ, ਪਰ ਜਦੋਂ ਮਨੁੱਖ ਗੁਰਮੁਖ ਬਣ ਜਾਂਦਾ ਹੈ ਅਤੇ ਪੂਰਾ ਗੁਰਮੁਖ ਇਹਨਾਂ ਲੱਛਣਾਂ ਵਾਲਾ ਬਣ ਜਾਂਦਾ ਹੈ, ਉਹ 21 ਦਰਜੇ ਜ਼ਿੰਦਗੀ ਜਿਉਂਦਾ ਹੈ, ਉਹਦੇ ਜੀਵਨ ਵਿੱਚ ਚੜ੍ਹਦੀ ਕਲਾ ਆ ਜਾਂਦੀ ਹੈ। 20-21 ਚੜ੍ਹਾਓ, ਚੜ੍ਹਦੀ ਕਲਾ ਆ ਜਾਂਦੀ ਹੈ। ਸਦਾ ਸੁਹਾਗ ਹੈ, ਸੁਹਾਗ ਦਾ ਅਰਥ ਵੱਡੇ ਭਾਗਾਂ ਵਾਲਾ, ਐਸਾ ਹੀ ਗੁਰਮੁਖ ਆ ਜੋ ਵੱਡੇ ਭਾਗਾਂ ਵਾਲਾ ਹੁੰਦਾ। ਅਗਲੀ ਪੌੜੀ ਇਸ ਪੌੜੀ ਨਾਲ ਜੁੜੀ ਹੋਈ ਹੈ, ਇਸ ਕਰਕੇ ਪੜ੍ਹਨ ਲੱਗਾ। ਗੁਰਮੁਖ ਸ਼ਬਦ ਸੰਭਾਲ, ਸੁਰਤ ਸੰਭਾਲੀ ਹੈ, ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀ ਹੈ, ਗੁਰਮੁਖ ਸੇਵਾ ਘਾਲ ਵਿਰਲੇ ਘਾਲੀ ਹੈ, ਗੁਰਮੁਖ ਦੀਨ ਦਿਆਲ ਹੇਤ ਹਿਆਲੀ ਹੈ, ਗੁਰਮੁਖ ਨਿਭਹਿ ਨਾਲ ਗੁਰਸਿੱਖ ਪਾਲੀ ਹੈ, ਰਤਨ ਪਦਾਰਥ ਨਾਲ ਗੁਰਮੁਖ ਭਾਲੀ ਹੈ, ਗੁਰਮੁਖ ਅਕਲ ਅਕਾਲ ਭਗਤ ਸੁਖਾਲੀ ਹੈ, ਗੁਰਮੁਖ ਹੰਸਾ ਢਾਲ ਰਸਕ ਰਸਾਲੀ ਹੈ। ਸਾਰੀ ਗੱਲ ਗੁਰਮੁਖ ਦੀ, ਸਮੁੱਚੀ ਪੌੜੀ ਗੁਰਮੁਖ ਦੀ। ਹੁਣ ਇਹ ਗੁਰਮੁਖ ਕਿਹੜੇ ਨੇ? ਇਹ ਉਹ ਗੁਰਮੁਖ ਨੇ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਤੱਕ, ਗੁਰਮੁਖ ਤੋਂ ਗੁਰੂ ਦੇ ਦਰਜੇ ਤੱਕ ਪੁੱਜ ਗਏ। ਸਭ ਤੋਂ ਪਹਿਲਾਂ ਕੀ ਕੀਤਾ? ਜੋ ਉਤਲੀ ਪੌੜੀ ਵਿੱਚ ਆਪ ਜੀ ਨੇ ਸੁਣਿਆ ਕਿ ਗੁਰਮੁਖ ਦਾ ਮਹਾਨ ਜੀਵਨ, ਉਹ ਲੱਛਣ ਇਹਨਾਂ ਨੇ ਹਾਸਲ ਕੀਤੇ, ਅਤੇ ਫਿਰ ਗੁਰਮੁਖ ਸ਼ਬਦ ਸੰਭਾਲ ਸੁਰਤ ਸੰਭਾਲੀਏ, ਫਿਰ ਸ਼ਬਦ ਦੀ ਸੰਭਾਲ ਕੀਤੀ, ਜੋ ਬੋਲ ਗੁਰੂ ਨੇ ਬਖਸ਼ੇ ਉਹਨਾਂ ਨੂੰ ਸੰਭਾਲ ਲਿਆ। ਜਦੋਂ ਬੋਲ ਸੰਭਾਲੇ ਗਏ ਤਾਂ ਸੁਰਤ ਵੀ ਸੰਭਾਲੀ ਗਈ, ਸੁਰਤ ਵੀ ਮਹਾਨ ਹੋ ਗਈ, ਲਿਵ ਉੱਤਮ ਹੋ ਗਈ। ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀ ਹੈ, ਅਤੇ ਐਸੇ ਗੁਰਮੁੱਖਾਂ ਨੂੰ ਗੁਰੂ ਨੇ ਕਿਰਪਾ ਕਰਕੇ ਨਦਰ ਨਿਹਾਲ ਕਰ ਦਿੱਤਾ। ਨਦਰੀ ਨਦਰ ਨਿਹਾਲ, ਨਜ਼ਰ ਕੀਤੀ, ਜੀਵਨ ਉੱਤਮ ਕਰ ਦਿੱਤਾ। ਜਿਨ੍ਹਾਂ ਦੇ ਜੀਵਨ ਵਿੱਚ ਲੱਛਣ ਆਇਆ ਉਹ ਗੁਰਦੇਵ ਦੇ ਦਰਜੇ ਤੱਕ ਪਹੁੰਚ ਗਏ। ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀ ਹੈ, ਬਾਰ ਬਾਰ ਨੇਹ ਮਿਲਿਆ, ਨੇਹ ਦਾ ਅਰਥ ਪਿਆਰ, ਨਿਹਾਲ ਨਿਹਾਲਣਾ, ਪਿਆਰ ਨਾਲ ਵੇਖਣਾ। ਅਤੀ ਪਿਆਰ ਨਾਲ ਗੁਰੂ ਪਾਤਸ਼ਾਹ ਐਸੇ ਗੁਰਸਿੱਖ ਨੂੰ, ਐਸੇ ਗੁਰਮੁਖ ਨੂੰ ਵੇਂਦੇ ਨੇ, ਉਹਦੇ 'ਤੇ ਨਜ਼ਰ ਰੱਖਦੇ ਨੇ ਅਤੇ ਪਿਆਰ ਦੀ ਨਜ਼ਰ ਰੱਖਦੇ ਨੇ। ਗੁਰਮੁਖ ਸੇਵਾ ਘਾਲ ਵਿਰਲੈ ਘਾਲੀ ਹੈ, ਐਸੇ ਗੁਰਮੁਖ ਜੋ ਇਸ ਉੱਚੇ ਦਰਜੇ 'ਤੇ ਪੁੱਜੇ ਨੇ, ਉਹਨਾਂ ਨੇ ਜੀਵਨ ਵਿੱਚ ਸੇਵਾ ਕੀਤੀ ਹੈ, ਸੇਵਾ ਦੀ ਘਾਲਣਾ ਕੀਤੀ ਹੈ, ਅਤੇ ਸੇਵਾ ਦੀ ਘਾਲਣਾ ਕਰਨ ਵਾਲੇ ਗੁਰੂ ਸਿੱਖ ਜੋ ਸਾਧ ਸੰਗਤ ਵਿੱਚ ਆਉਂਦੇ ਨੇ ਉਹ ਵਿਰਲੇ ਨੇ। ਪਰ ਸਾਧ ਸੰਗਤ ਕਰ ਕਰਕੇ ਇੱਕ ਦਿਨ ਜੀਵਨ ਕਿਸੇ ਦਾ ਵੀ ਮਹਾਨ ਹੋ ਜਾਂਦਾ, ਹੈਣ ਵਿਰਲੇ ਨਾ ਹੀ ਘਣੇ। ਗੁਰਮੁਖ ਸੇਵਾ ਘਾਲ ਵਿਰਲੇ ਘਾਲੀ ਹੈ, ਗੁਰਮੁਖ ਦੀਨ ਦਿਆਲ ਹੇਤ ਹਿਆਲੀ ਹੈ। ਜਦੋਂ ਗੁਰਮੁਖ ਦੇ ਲੱਛਣ ਪੂਰੇ ਬਣ ਜਾਂਦੇ ਨੇ, ਜੀਵਨ ਵਿੱਚ ਗੁਰਮਤ ਆ ਜਾਂਦੀ ਹੈ, ਉਦੋਂ ਦੀਨਾਂ 'ਤੇ ਦਇਆ ਕਰਨ ਨੂੰ ਜੀ ਕਰਦਾ, ਕਿਸੇ ਗਰੀਬ ਦੀ ਸੇਵਾ ਕਰਨ ਨੂੰ ਜੀ ਕਰਦਾ। ਉਦੋਂ ਅੰਦਰੋਂ ਆਵਾਜ਼ ਆਉਂਦੀ ਹੈ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ, ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਦੀਨਨ ਕੇ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨਗਾਰ।
ਦੀਨਾਂ ਦੀ ਪ੍ਰਤਪਾਲ ਕਰਨ ਨੂੰ ਜੀ ਕਰਦਾ ਹੈ, ਪਰਉਪਕਾਰ ਕਰਨ ਨੂੰ ਜੀ ਕਰਦਾ ਹੈ, ਦੂਜੇ ਦਾ ਭਲਾ ਕਰਨ ਨੂੰ ਜੀ ਕਰਦਾ ਹੈ। ਗੁਰਮੁਖ ਦੀਨ ਦਿਆਲ, ਜਦੋਂ ਗੁਰਮੁਖ ਬਣ ਜਾਂਦਾ ਹੈ ਮਨੁੱਖ, ਤਾਂ ਗੁਰਮੁਖਤਾ ਵਿੱਚੋਂ ਇਹ ਪ੍ਰਾਪਤੀ ਹੁੰਦੀ ਹੈ ਕਿ ਦੀਨ 'ਤੇ ਦਇਆ ਕਰਦਾ, ਹੇਤ ਹਿਆਲੀ ਹੈ, ਹਿਰਦੇ ਤੋਂ ਹੇਤ ਕਰਦਾ, ਹਿਰਦੇ ਤੋਂ ਹਿਆਲੀ ਕਹਿੰਦੇ ਨੇ ਹਿਰਦੇ ਨੂੰ, ਹੇਤ ਖਿੱਚ ਪਿਆਰ ਹਿਰਦੇ ਤੋਂ ਕਰਦਾ। ਮੈਂ ਫਿਰ ਬੋਲੀ ਦੀ ਗੱਲ ਕਰਨ ਲੱਗਾ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਤਣੀ। ਹੁਣ ਇਹ ਸਮਝ ਆ ਗਈ ਹੈ ਕਿ ਭਾਵੇਂ ਕੋਈ ਗਰੀਬ ਆ, ਭਾਵੇਂ ਅਮੀਰ ਆ, ਭਾਵੇਂ ਕਿਸੇ ਜਾਤੀ ਦਾ ਹੈ, ਭਾਵੇਂ ਕਿਸੇ ਧਰਮ ਦਾ ਹੈ, ਇਹ ਮਨੁੱਖ ਮਨੁੱਖਤਾ ਵਿੱਚ ਆ, ਇਹ ਜੀਵ ਵਿੱਚ ਜੀਵਾਤਮਾ ਹੈ ਅਤੇ ਉਹ ਪਰਮੇਸ਼ਰ ਆ। ਅਤੇ ਜਦੋਂ ਇਹ ਗੱਲ ਸਮਝ ਆਉਂਦੀ ਹੈ, ਉਦੋਂ ਮਨੁੱਖ ਬਾਬਾ ਫਰੀਦ ਸਾਹਿਬ ਦੇ ਇਹਨਾਂ ਬੋਲਾਂ ਨੂੰ ਸਮਝ ਪਾਉਂਦਾ ਹੈ ਕਿ ਇੱਕ ਫਿੱਕਾ ਨਾ ਗਲਾਏ, ਜੀਵਨ ਵਿੱਚ ਇੱਕ ਫਿੱਕੀ ਗੱਲ ਨਾ ਕਰੀ, ਖਿਆਲ ਰੱਖੀ। ਪਰ ਇਹ ਗੱਲ ਜੀਵਨ ਦੀ ਧਾਰਨਾ ਕਿਵੇਂ ਬਣੇਗੀ? ਸਭਨਾ ਮੈਂ ਸੱਚਾ ਧਣੀ, ਜਦੋਂ ਇਹ ਗੱਲ ਸਮਝ ਆ ਜਾਏ ਕਿ ਸਾਰਿਆਂ ਵਿੱਚ ਸੱਚਾ ਪਰਮੇਸ਼ਰ ਵੱਸਦਾ, ਧਣੀ ਦਾ ਅਰਥ ਹੁੰਦਾ ਪਤੀ, ਪਤੀ ਪਰਮੇਸ਼ਰ, ਸਾਰਿਆਂ ਵਿੱਚ ਪਰਮੇਸ਼ਰ ਵੱਸਦਾ, ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਹੇ, ਹੇਤ ਹਿਆਲੀ ਹੈ, ਹੇਤ ਕਰਨਾ ਹਿਰਦੇ ਤੋਂ, ਹਿਆਓ ਨਾ ਕਹੀ ਠਾਹੇ, ਕਿਸੇ ਦਾ ਹਿਰਦਾ ਕਦੇ ਠੋਕੀ ਨਾ। ਠਾਹੇ ਦਾ ਤਾਂ ਠੋਕਣਾ, ਹਿਰਦਾ ਠੋਕਣ ਦਾ ਅਰਥ ਆ ਪੀੜ ਦੇਣੀ, ਕਿਸ ਤੁਹਾਡੇ ਬੋਲਾਂ ਤੋਂ ਕਿਸੇ ਨੂੰ ਦਰਦ ਹੋ ਜਾਏ, ਤੁਹਾਡੇ ਕਿਸੇ ਕਰਮ ਤੋਂ ਕਿਸੇ ਦਾ ਦਿਲ ਦੁੱਖ ਜਾਏ। ਜਦੋਂ ਕਿਸੇ ਦਾ ਦਿਲ ਦੁੱਖਦਾ ਏ, ਉਹਦੇ ਦਿਲ ਵਿੱਚੋਂ ਨਿਕਲੀ ਹੋਈ ਆਵਾਜ਼ ਕਹਿੰਦੇ ਬਾਦੂਆ ਪੱਥਰ ਪਾੜ ਦਿੰਦੀ। ਕਿਸੇ ਗਰੀਬ ਦੇ ਅੰਦਰੋਂ ਨਿਕਲੀ ਹੋਈ ਆਵਾਜ਼ ਕਈ ਵਾਰ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਂਦੀ ਹੈ, ਉਹ ਮਨਜ਼ੂਰ ਕਰ ਲੈਂਦਾ ਹੈ। ਗੁਰੂ ਬਾਣੀ ਇਹ ਗੱਲ ਕਹਿੰਦੀ ਹੈ, ਖਿਆਲ ਰੱਖੀ ਕਿਸੇ ਦਾ ਹਿਰਦਾ ਨਾ ਠੋਕੀ, ਕਿਸੇ ਦੇ ਦਿਲ ਨੂੰ ਦਰਦ ਨਾ ਦੇਈ, ਕਿਸੇ ਨੂੰ ਪੀੜ ਨਾ ਦੇਵੀਂ। ਤੇਰੇ ਕਰਕੇ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ, ਕਿਉਂ? ਹਿਆਓ ਨਾ ਕਹੀ ਠਾਹੇ। ਕਹਿੰਦੇ ਇੱਕ ਗੱਲ ਪੱਕੀ ਕਰ ਲੈ ਸੱਜਣਾ, ਮਾਣਕ ਸਭ ਅਮੁੱਲ ਵੇ, ਜਿੰਨੇ ਸੰਸਾਰ ਦੇ ਜੀਵ ਉਹਨੇ ਬਣਾਏ ਨੇ, ਉਹਦੇ ਸਾਰੇ ਅਮੋਲਕ ਮੋਤੀ ਨੇ, ਅਤੇ ਜਿਹਨੂੰ ਵੀ ਤੂੰ ਪੀੜ ਦੇਂਗਾ, ਉਹਦੀ ਦਰਦ ਪਰਮੇਸ਼ਰ ਤੱਕ ਜ਼ਰੂਰ ਪੁੱਜੇਗੀ। ਇਸ ਕਰਕੇ ਕਿਸੇ ਦਾ ਦਿਲ ਨਾ ਦੁਖਾਈ, ਹੇਤ ਹਿਆਲੀ ਹੈ। ਭਾਈ ਸਾਹਿਬ ਕਹਿ ਰਹੇ ਨੇ ਗੁਰਮੁਖ ਦੀਨ ਦਿਆਲ, ਹੇਤ ਹਿਆਲੀ ਹੈ। ਗੁਰਮੁਖ ਦੀਨ 'ਤੇ ਦਇਆ ਕਰਨੀ ਚਾਹੁੰਦਾ ਹੈ, ਗੁਰਮੁਖ ਹਿਰਦੇ ਤੋਂ ਹੇਤ ਕਰਦਾ ਹੈ, ਖਿੱਚ ਕਰਦਾ ਹੈ। ਗੁਰਮੁਖ ਨਿਭੈ ਨਾਲ, ਗੁਰਸਿੱਖ ਪਾਲੀ ਹੈ। ਗੁਰਮੁਖ ਨਿਭੈ ਨਾਲ, ਕਹਿੰਦੇ ਫਿਰ ਜਦੋਂ ਉਹ ਗੁਰਮੁਖ ਗੁਰੂ ਦੀ ਪਦਵੀ ਤੱਕ ਪੁੱਜ ਜਾਂਦਾ ਅਤੇ ਉਹ ਅਖੀਰ ਤੱਕ ਨਾਲ ਨਿਭ ਜਾਂਦਾ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਨਿਭੈ ਨਾਲ, ਨਾਲ ਨਿਭਾ ਕਰ ਰਹੇ। ਸੰਸਾਰ ਦੇ ਜੀ ਭਾਵੇਂ ਕਿੰਨੇ ਖਾਸ ਹੋਣ, ਅਖੀਰ ਤੱਕ ਨਿਭਾ ਨਹੀਂ ਕਰਦੇ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਅਖੀਰ 'ਤੇ ਜਾ ਕੇ ਨਾ ਮਾਂ ਹੁੰਦੀ ਹੈ, ਨਾ ਪਿਓ ਹੁੰਦਾ ਹੈ, ਨਾ ਪੁੱਤਰ ਹੁੰਦਾ, ਨਾ ਮਿੱਤਰ ਹੁੰਦਾ, ਨਾ ਭਾਈ ਹੁੰਦਾ, ਕੋਈ ਵੀ ਨਹੀਂ ਹੁੰਦਾ। ਪਰ ਗੁਰਮੁਖ ਨਿਭੈ ਨਾਲ, ਜਦੋਂ ਗੁਰਮੁਖ ਗੁਰੂ ਦੀ ਪਦਵੀ ਤੱਕ ਪੁੱਜ ਜਾਂਦਾ ਹੈ ਅਤੇ ਉਸ ਗੁਰੂ ਦੇ ਨਾਲ ਸੱਜਣ ਤਾਈ ਦਾ ਸੰਬੰਧ ਬਣ ਜਾਂਦਾ ਹੈ, ਉਹ ਅਖੀਰ ਤੱਕ ਨਾਲ ਨਿਭਦਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜ੍ਹੇ ਦਿਸਨ। ਇੱਥੋਂ ਤੱਕ ਜਿੱਥੇ ਹਿਸਾਬ ਕਿਤਾਬ ਹੋਣਾ ਹੈ, ਲੇਖਾ ਦਾ ਅਰਥ ਮੈਥਮੈਟਿਕਸ, ਸਾਰਾ ਗਣਿਤ ਕੱਢਿਆ ਜਾਣਾ ਹੈ, ਸਾਰਾ ਹਿਸਾਬ ਕੱਢਿਆ ਜਾਣਾ ਹੈ, ਅਤੇ ਸਾਰਾ ਹਿਸਾਬ ਕਰਕੇ ਫਿਰ ਵੇਖਿਆ ਜਾਣਾ ਕਿ ਇਹਦੇ ਜੀਵਨ ਵਿੱਚ ਕੀ ਕੀਤਾ ਹੈ। ਕਹਿੰਦੇ ਉੱਥੇ ਵੀ ਗੁਰਦੇਵ ਜੀ ਨਾਲ ਖਲੋਤੇ ਹੋਣੇ ਆ ਅਤੇ ਪਰਮੇਸ਼ਰ ਨੂੰ ਉਹਨਾਂ ਕਹਿੰਦੇ ਹੋਣਾ ਕਿ ਇਹ ਪਰਮੇਸ਼ਰ ਜੀ, ਇਹਨੇ ਸਤ ਸੰਗ ਕੀਤਾ, ਇਹ ਉੱਤਮ ਜੀਵਨ ਦਾ ਵਾਰਸ ਆ, ਇਹ ਗੁਰੂ ਨੂੰ ਮੰਨਦਾ ਹੈ, ਇਹ ਗੁਰੂ ਨਾਲ ਜੁੜਿਆ ਹੈ, ਇਸ ਕਰਕੇ ਇਹਨੂੰ ਮਾਫ਼ ਕਰ ਦਿੱਤਾ ਜਾਏ ਅਤੇ ਪਰਮੇਸ਼ਰ ਵੀ ਖਿਮਾ ਕਰ ਦਿੰਦਾ ਹੈ। ਗੁਰਮੁਖ ਨਿਭੈ ਨਾਲ, ਗੁਰਸਿੱਖ ਪਾਲੀ ਹੈ, ਗੁਰੂ ਦਾ ਸਿੱਖ ਇਸ ਗੱਲ ਦੀ ਹਰ ਵੇਲੇ ਪਾਲਣਾ ਕਰਦਾ ਹੈ ਕਿ ਮੈਂ ਗੁਰੂ ਦੇ ਨਾਲ ਜੁੜ ਕੇ ਰਹਿਣਾ ਹੈ,
रतन पदार्थ लाल गुरमुख पाली है। ऐसे रतन, ऐसे पदार्थ, ऐसे लाल, ऐसे हीरे मोती माणक गुरमुख भालदा है, लभदा है, तो उन्हों मिल जाते हैं। जो जीवन गुरमुखताई का होंगे तो यह प्राप्तियां हो जाएं ने। गुरमुख अकल अकाल भगत सुखाली है। अकल गुरमुख का जीवन अकल हो जाता है, कल्पना तो रहत हो जाता है। वह काल्पनिक जीवन नहीं जींदा, वह सच का जीवन जींदा है। कल्पना हमेशा झूठी होंदी है, कल्पना कदे सच नहीं होंदी। तो गुरमुख सच का जीवन जींदा है। अकाल वह समय तो उच्चा उठ के जींदा है, परमेश्वर नाल जुड़ के जींदा है। भगत सुखाली है, तो प्रेमा भगती उहदे जीवन में सुख भर देती है, उहदे दुख दूर हो जाते हैं। गुरमुख हंसा ढाल रसक रसाली है। अखीर विच शब्द कहिंदे ने भाई साहब, कहिंदे गुरमुख हंस वर्ग है। हंस वांगू उहदा जीवन टलिया होया है। हंस दे सामने दुध रख दिओ, दुध विच पानी दी मिलावट होवे, वो जिवें चुंझ लाएगा पानी अलग हो जाएगा, दुध अलग हो जाएगा। दुध ते पानी हंस जिवें ही चुंझ लाउंदा है तिवें ही अलग अलग हो जाते हैं। दुध दुध हो जाता है, पानी पानी हो जाता है, दुध का दुध हो जाता है, पानी का पानी हो जाता है। इदां खो सच का सच हो जाता है, झूठ का झूठ हो जाता है। ये हंस गुरमुख हंस बिरती का वारस हो जाता है। फिर उन्होंने पता लग जाता है कि सच की है तो झूठ की है। वह सच तो झूठ का नेताजा वेंदे ही गुरमुख हंसा ढाल रसक रसाली है। गुरमुख का जीवन हंस वांगू टलिया हुंदा है, ते उहदे जीवन विच रस भरिया हुंदा है। रसक रसाली है, रस नाल आनंद नाल उहदा जीवन भर जांदा है। ये जीवन गुरमुख का ही है जिहड़ा इस तरह भर जांदा है।